अस्सलाम वालेकुम सजनों ते बेलियो, आज दिन ने जी सोमवार दा ते एक दफा फिर सियालकोट दे एक मशहूर ते माशाल्लाह जी सस्ते व्यापारी राणा सफियान साहब दे डेरे ते मौजूद हां। ते माशाल्लाह सारे दोस्त जानते ने कि राणा साहब बड़ी मेहनत करके दोस्तों वास्ते टॉप क्वालिटी दियां झोटियां लैके आंदे ने। जुम्मे वाले दिन वीडियो अपलोड की थी सी, सारे जानवर सेल हो गए ने। तो माशाल्लाह जी अज सोमवार वाले दिन टोटल 5 जानवर आए सन। तो वीडियो बनन तो पहले राणा साहब ने 3 जानवर सेल कर दिते ने। तो सामने 2 पहलन झोटियां मौजूद ने, दोवे झोटियां की तसली कराने आ। इंशाल्लाह पहले की तरह ना जरा जायज मुनासिब रेट है वह भी मलूम करने। माशाल्लाह जी राणा साहब बड़ी ਇਮਾਨਦਾਰੀ ਨਾਲ ਕੰਮ ਕਰਦੇ ਨੇ ਪੇ ਜੀ, ਦਿਲ ਖੁਸ਼ ਹੁੰਦਾ ਪਿਆ ਰਾਣਾ ਸਾਹਿਬ ਬਾਬੂ ਜੀ ਸਾਹਮਣੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਜ਼ ਸਾਹਿਬ, ਕੀ ਹਾਲ ਹੈ? ਠੀਕ ਹੋ ਤੁਸੀਂ? ਅਸੀਂ ਠੀਕ ਹੈ ਜੀ ਸਰ, ਅੱਲਾਹ ਪਾਕ ਦਾ ਬੜਾ ਸ਼ੁਕਰ ਹੈ। ਰਾਣਾ ਸਾਹਿਬ ਤੁਸੀਂ ਸੁਣਾਓ, ਸਾਰੇ ਮਾਮਲਾ ਠੀਕ ਨੇ? ਅਲਹਮਦੁਲਿਲਾ, ਅੱਲਾਹ ਦਾ ਬੜਾ ਅਹਿਸਾਨ ਜੇ, ਸ਼ੁਕਰ ਮਾਲਕ ਦੀ ਜ਼ਾਤ ਦਾ। ਮਾਸ਼ਾਅੱਲਾ ਜੀ ਛਾ ਗਏ ਹੋ, ਬੜਾ ਦਿਲ ਖੁਸ਼ ਹੁੰਦਾ ਹੈ। ਜਿਹੜਾ ਦੋਸਤ ਸੋਹਣਾ ਕੰਮ ਕਰਦਾ ਫਿਰ ਉਹਦੀ ਜ਼ਾਤ ਵੀ ਕਰਮ ਕਰਦੀ ਹੈ। ਅਲਹਮਦੁਲਿਲਾ ਭਾਈ ਜੀ, ਅੱਲਾਹ ਦਾ ਬੜਾ ਅਹਿਸਾਨ ਹੈ, ਸ਼ੁਕਰ ਮਾਲਕ ਦੀ ਜ਼ਾਤ ਦਾ। ਮਿਹਨਤ ਕਰੀ ਦੀ ਹੈ ਤੇ ਅੱਲਾਹ ਦੀ ਜ਼ਾਤ ਸੋਹਣਾ ਰਿਜ਼ਕ ਦੇਣ ਡਈ ਹੈ। ਤੇ ਬਾਕੀ ਇਮਾਨਦਾਰੀ ਕਰੀ ਤੇ ਕੋਸ਼ਿਸ਼ ਕਰੀਏ, ਜਿਹੜੀ ਗੱਲ ਕਰੀਏ ਭਰਾਵਾਂ ਨਾਲ ਹੱਕੀ ਤੇ ਸੱਚੀ ਕਰੀਏ। ਬਾਕੀ ਜਾਨਵਰ ਮਾਸ਼ਾਅੱਲਾ ਅੱਜ 5 ਆਏ ਹਨ, 3 ਚੱਲੇ ਗਏ ਨੇ, 2 ਮੌਜੂਦ ਨੇ, 1 ਜਾਨ ਝੁੰਡੇ ਗਿਆ ਅੱਜ, 1 ਝੋਡੀ ਗੁਜਰਾਂ ਵਾਲੇ ਗਈ ਹੈ ਭਾਈ ਨਬੀਲ ਜੱਟ ਸਾਹਿਬ ਨੇ, ਉਹ ਲੈ ਗਏ ਨੇ, 1 ਝੋਡੀ ਸਿਆਲਕੋਟ ਗਈ ਡਾਕਟਰ ਸਾਹਿਬ ਨੇ, ਮਾਸ਼ਾਅੱਲਾ ਉਹ ਲੈ ਕੇ ਗਏ ਨੇ। ਤੁਹਾਡੀ ਗੱਲ 'ਚ ਇਜ਼ਾਫਾ ਕਰਨਾ ਚਾਹਾਂ ਤਾਂ ਅਗਰ ਕਿਸੇ ਦੋਸਤ ਨੂੰ ਕੋਈ ਸ਼ੱਕ ਜਾਂ ਡਾਊਟ ਹੋਏ, ਰਾਣਾ ਸਾਹਿਬ ਨੇ ਗਰੁੱਪ ਬਣਾਇਆ, ਜੋ ਹੀ ਨਵੇਂ ਜਾਨਵਰ ਆਉਂਦੇ ਨੇ ਗਰੁੱਪ 'ਚ ਵੀਡੀਓ ਸ਼ੇਅਰ ਕਰ ਦਿੰਦੇ ਨੇ, ਜਿਹੜਾ ਜਾਨਵਰ ਸੇਲ ਹੁੰਦਾ ਉਹਦੀ ਵੀ ਵੀਡੀਓ ਸ਼ੇਅਰ ਕਰ ਦਿੰਦੇ ਨੇ। ਤੇ ਮਾਸ਼ਾਅੱਲਾ ਜੀ ਰਾਣਾ ਸਾਹਿਬ ਸੋਹਣਾ ਕੰਮ ਕਰਦੇ ਨੇ ਪੇ, ਤੇ ਉਹਦੀ ਜ਼ਾਤ ਦਾ ਕਰਮ ਹੈ, ਸੋਹਣਾ ਕੰਮ ਚੱਲਿਆ। ਦੋਵੇਂ ਝੋਟੀਆਂ ਪਹਿਲਨ ਨੇ ਜੀ? ਮਾਸ਼ਾਅੱਲਾ ਭਾਈ ਸਾਹਿਬ ਪਹਿਲਨ ਨੇ ਮੂੰਹ ਛਿਗੀਆਂ ਨੇ, ਤੇ ਬਾਕੀ ਮਾਸ਼ਾਅੱਲਾ ਅਨਮੋਲ ਹੀਰੇ ਨੇ, ਭਰਾਵਾਂ ਨੂੰ ਸ਼ੌਕ ਕਰਾਣੇ ਆ। ਇਨਸ਼ਾਅੱਲਾ ਜੀ ਤਸੱਲੀ ਕਰਾਣੇ ਆ, ਸੋਹਣੇ ਜਾਨਵਰ ਨੇ, ਉਮੀਦ ਹੈ ਸਾਡੇ ਭਰਾ ਝੋਟੀਆਂ ਪਸੰਦ ਕਰਨਗੇ, ਬਾਕੀ ਅੱਲਾ ਖੈਰ ਕਰੇ ਇਨਸ਼ਾਅੱਲਾ। ਮਾਲ ਜੁਮੇ ਵਾਲੇ ਦਿਨ ਹੁੰਦਾ ਤੇ ਸੋਮਵਾਰ ਵਾਲੇ ਦਿਨ ਹੁੰਦਾ ਜੀ? ਬਿਲਕੁਲ ਭਾਈ। ਠੀਕ ਹੈ, ਲੋਏ ਦੋਸਤੋ ਚੈੱਕ ਕਰੋ ਜੀ, ਝੋਟੀ ਨੰਬਰ 1 ਪਹਿਲਾ ਨੀਲੀ ਦਾ ਕੀਮਤੀ ਹੀਰਾ। ਸਾਰੇ ਦੋਸਤ ਨੀਲੀ ਨੀਲੀ ਤਾਂ ਕਰਦੇ ਨੇ, ਲੇਕਿਨ ਮਾਸ਼ਾਅੱਲਾ ਜੀ ਰਾਣਾ ਸਾਹਿਬ ਦੇ ਡੇਰੇ ਤੇ ਆ ਕੇ ਪਤਾ ਚੱਲਦਾ ਕਿ ਨੀਲੀ ਹੈ ਕੀ ਹੈ। ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਰਾਣਾ ਸਾਹਿਬ ਕਿਸ ਇਲਾਕੇ 'ਚ ਖਰੀਦਦਾਰੀ ਕਰਦੇ ਹੋ, ਜ਼ਰਾ ਵੀ ਵਾਜ਼ਿਆ ਕਰਿਓ ਭਾਈ। ਫਰਾਜ਼ ਸਾਹਿਬ ਲੁੱਡਨ ਤੋਂ ਅੱਗੇ ਵੇ ਕਰਮਪੁਰ ਹਸਨ ਸ਼ਾਹ ਦਰਿਆ ਦਾ ਕਿਨਾਰਾ ਏ, ਵਿਹਾੜੀ ਦਾ ਏਰੀਆ ਏ, ਉੱਥੋਂ ਮਾਲ ਖਰੀਦੀਦਾ। ਮਾਸ਼ਾਅੱਲਾ ਜੀ ਉਹ ਵੀਡੀਓ ਇੱਕ ਬਣੀ ਸੀ, ਉਹਦੇ 'ਚ ਜਿਹੜੇ ਬਜ਼ੁਰਗ ਨਾਲ ਖਰੀਦਦਾਰੀ ਕਰਾਉਂਦੇ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਸੀ। ਤੇ ਮਾਸ਼ਾਅੱਲਾ ਚੈੱਕ ਕਰੋ ਜੀ, ਝੋਟੀ ਨੰਬਰ 1 ਪਹਿਲਾ ਸੁਬਾ ਸੂਈ ਏ ਜੀ ਭਾਈ ਫਰਾਜ਼ ਸਾਹਿਬ, ਪਹਿਲਾ ਸੁਬਾ ਸੂਈ ਏ ਔਰ ਕੱਲ ਸ਼ਾਮੀ ਸੂਈ ਏ, ਕੱਲ ਸ਼ਾਮੀ ਸੂਈ ਏ, ਇਤਵਾਰ ਦੀ ਸ਼ਾਮ ਨੂੰ ਸੂਈ ਏ। ਲੋਏ ਦੋਸਤੋ ਮੁਕੰਮਲ ਨਜ਼ਾਰੇ ਕਰੋ, ਮੂੰਹ 'ਚ 6 ਦੰਦ, ਝੋਟੀ ਨੰਬਰ 1 ਸੋਹਣੇ ਥਣ ਲੱਗੇ ਨੇ। ਲੋਏ ਦੋਸਤੋ ਮੁਕੰਮਲ ਤਸੱਲੀ ਕਰੋ ਜੀ, ਸੋਹਣਾ ਕੱਦ ਬੁੱਤ, ਚਿਹਰਾ ਵੀ ਜ਼ਰਾ ਵੇਖ ਲੈਣਾ ਸਿੰਘ ਤੁਹਾਡੇ ਸਾਹਮਣੇ। ਮਾਸ਼ਾਅੱਲਾ ਜੀ ਆ ਮੁਕੰਮਲ ਤਸੱਲੀ ਕਰ ਲਓ ਜੀ, ਝੋਟੀ ਨੰਬਰ 1 ਤੋਰਿਓ ਭਾਈ ਜਾਨ। ਲੋਏ ਦੋਸਤੋ ਚੈੱਕ ਕਰੋ ਜੀ, ਪਹਿਲਾਂ ਪਿਓਰ ਨੀਲੀ ਦਾ ਤੋਹਫਾ ਜੀ, ਝੋਟੀ ਨੰਬਰ 1 ਕੱਲ ਦੀ ਸੂਈ ਹੈ। ਰਾਣਾ ਸਾਹਿਬ ਕਿੰਨਾ ਬੋਲਾ ਦੇ ਰਹੀ ਹੈ ਭਾਈ? ਫਰਾਜ਼ ਸਾਹਿਬ ਪਹਿਲੀ ਬੋਲੀ ਚ ਹੋਈ ਸੀ ਕੋਈ 6.5-7 ਕਿਲੋ ਜੀ ਜੀ ਠੀਕ ਹੈ, ਤੇ ਦੂਸਰੀ ਚਵਾਈ ਚ ਕੋਈ 3-3.5 ਕਿਲੋ ਬੋਲਾ ਚ ਹੋਇਆ ਅਜੇ। ਠੀਕ ਹੈ ਠੀਕ ਹੈ, ਤੇ ਬਾਕੀ ਤੀਸਰੀ ਚਵਾਈ ਹੋਣੀ ਹੈ। ਤੀਸਰੀ ਚਵਾਈ ਹੁਣ ਹੋਣੀ ਹੈ, ਸ਼ਾਮ ਦਾ ਟਾਈਮ ਹੈ ਜੀ। ਬਿਲਕੁਲ, ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਿਓ ਤੀਸਰੀ ਚਵਾਈ ਦੇ ਬਾਰੇ ਚ ਵੀ ਪੁੱਛ ਸਕਦੇ ਨੇ। ਇਨਸ਼ਾਅੱਲਾ ਵੀਡੀਓ ਬਣ ਗਈ ਹੈ, ਅਪਲੋਡ ਹੋਣੀ ਹੈ, ਤੇ ਉਸ ਤੋਂ ਬਾਅਦ ਜਿਹੜਾ ਨਾ ਚਵਾਈ ਦੇ ਬਾਰੇ ਚ ਵੀ ਇਨਫੋਰਮੇਸ਼ਨ ਮਿਲ ਜੇ ਜੀ। ਝੋਟੀ ਨੰਬਰ 1 ਮੂੰਹ ਚ 6 ਦੰਦ, ਪਹਿਲਾ ਸੁਬਾ ਸੂਈਏ, ਪਿੱਛੇ ਜਾ ਕੇ ਰਾਣਾ ਸਾਹਿਬ ਫਰਾਜ਼ ਸਾਹਿਬ ਪਿੱਛੇ ਕੱਟੀ ਏ ਕੱਟੀ। ਮਾਸ਼ਾਅੱਲਾ ਜੀ ਪਿੱਛੇ ਕੱਟੀ, ਉਹ ਵੀ ਚੈੱਕ ਕਰਾਣੇ ਲੋ ਜੀ ਦੋਸਤੋ। ਚਵੇਂ ਥਣ ਵਾਜ਼ਿਆ ਤੌਰ ਤੇ ਨਜ਼ਰ ਆ ਰਹੇ ਨੇ, ਸੋਹਣਾ ਲਬਾਸ ਕੀਤਾ ਸੋ, ਪਹਿਲਾ ਸੁਬਾ ਸੂਈਏ, ਮੂੰਹ ਚ 6 ਦੰਦ ਤੇ ਚਿਹਰਾ ਤੁਹਾਡੇ ਸਾਹਮਣੇ। ਮਾਸ਼ਾਅੱਲਾ ਜੀ ਮੁਕੰਮਲ ਤਸੱਲੀ ਕਰੋ ਜੀ, ਭਾਈ ਫਰਾਜ਼ ਸਾਹਿਬ ਦੇਖੋ ਪੂਰੇ ਵੀ ਪੂਰੇ ਨਹੀਂ ਚੁੱਕੇ, ਨਹੀਂ ਚੁੱਕੇ, ਇਹ ਚੈੱਕ ਕਰ ਲੋ ਜੀ। ਬਾਕੀ ਜੋਰ ਸ਼ੋਰ ਮਾਸ਼ਾਅੱਲਾ ਸੋਹਣੀ ਸੁੱਟੀ ਹੋ, ਚਵਾਪ ਸਮਾ ਸੋਹਣਾ ਹੈ, ਬਜੇ ਤੇ ਮਾਸ਼ਾਅੱਲਾ ਟਿੱਕੀ ਦੀ ਹੈ, ਜ਼ਿੰਦਾਬਾਦ। ਠੀਕ ਹੈ, ਬਰੀਕੀਆਂ ਫਿਰ ਸਾਰੀਆਂ ਗੱਲਾਂ ਭਰਾਵਾਂ ਦੇ ਸਾਹਮਣੇ ਨੇ ਜੀ ਜੀ, ਤੋ ਦੋ ਤਰੀਫਾਂ ਕਰਨ ਦੀ ਜ਼ਰੂਰਤ ਕੋਈ ਨਹੀਂ, ਮਾਸ਼ਾਅੱਲਾ ਮਾਲ ਆਪ ਹੀ ਤਰੀਫਾਂ ਪਿਆ ਕਰਵਾ। ਬਿਲਕੁਲ ਜੀ, ਪਿੱਛੇ ਕੱਟੀ ਸੂ ਜੀ, ਪਿੱਛੇ ਕੱਟੀ ਲੋ ਜੀ ਦੋਸਤੋ, ਚੈੱਕ ਕਰ ਲੋ ਜੀ ਪਿੱਛੇ ਕੱਟੀ ਜੀ, ਅੱਜ ਮਾਸ਼ਾਅੱਲਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਕੱਲ ਸੂਈ ਹੈ। ਠੀਕ ਹੈ ਠੀਕ, ਲੋ ਜੀ ਦੋਸਤੋ ਚੈੱਕ ਕਰ ਲੋ ਜੀ, ਠੀਕ ਹੈ, ਰਹਿਣ ਦੋਸੋ, ਜਰਾ ਮੋਜ ਕਰਦੀ ਹੈ ਭਈ, ਮੋਜ ਕਰ ਲੈਣ ਦੋਸੋ ਜੀ। ਲੋ ਜੀ ਦੋਸਤੋ ਚੈੱਕ ਕਰ ਲੋ ਜੀ, ਪਿੱਛੇ ਕੱਟੀ, ਮਾਸ਼ਾਅੱਲਾ ਜੀ ਝੋਟੀ ਨੰਬਰ 1 ਸੀ ਜੀ। ਰਾਣਾ ਸਾਹਿਬ ਝੋਟੀ ਨੰਬਰ 1 ਦਾ ਰੇਟ ਭਾਈ ਫਰਾਜ਼ ਸਾਹਿਬ, ਜਿਸ ਮੇਰੇ ਭਰਾ ਨੂੰ ਪਸੰਦ ਹੈ, 2,65,000 ਝੋਟੀ ਦੇ ਦਿਆਂਗੇ। 2,65,000 ਇਨਸ਼ਾਅੱਲਾ, ਪਿਆਰ ਮੁਹੱਬਤ ਹੋਈ ਇਹਦਾ ਜ਼ਰੂਰ, ਜਿਹੜਾ ਭਰਾ ਨੂੰ ਪਤਾ ਹੈ ਇਨਸ਼ਾਅੱਲਾ ਪਿਆਰ ਮੁਹੱਬਤ ਜ਼ਰੂਰ ਕਰੀਦਾ, ਲੇਕਿਨ ਥੋੜਾ ਜਿਹਾ ਜਾਇਜ਼ ਮਰਾਸਬ ਜਾ ਹੁੰਦਾ, ਕਿਉਂਕਿ ਸਾਰੇ ਏਡਰ 3,25,000 ਕਰਨ ਦੀ ਲੋੜ ਹੀ ਕੋਈ ਨਹੀਂ, ਕਈ ਦਾ ਜਾਇਜ਼ ਹੈ, ਬਾਕੀ ਮਜ਼ੀਦ ਪਿਆਰ ਮੁਹੱਬਤ ਕਰੀਦਾ। ਜ਼ਿੰਦਾਬਾਦ। ਲੋਏ ਦੋਸਤੋ ਥਾਣੇ ਇੱਕ ਦਫਾ ਫਿਰ ਚੈੱਕ ਕਰ ਲਓ, ਮਾਸ਼ਾਅੱਲਾ ਜੀ ਝੋਟੀ ਨੰਬਰ 1 ਸੀ, ਮੂੰਹ 'ਚ 6 ਦੰਦ, ਪਹਿਲਾ ਸੁਆ ਸੂਈ ਅੱਗੋਂ ਆ ਗਈ ਜੀ ਝੋਟੀ ਨੰਬਰ 2।
ਭਾਈ ਜਾਨ ਇੱਕ ਮਿੰਟ ਇੱਥੇ ਖਿਲਾ ਰਹੇ ਹੋ ਲੋਏ ਦੋਸਤੋ ਮੁਕੰਮਲ ਤਸੱਲੀ ਕਰੋ ਜੀ ਤੇ ਜਸਾਮਤ ਤੇ ਹਾਈਟ ਮਾਸ਼ਾਅੱਲਾ ਬਿਲਕੁਲ ਜੀ ਸੋਹਣਾ ਕੱਦ ਲੱਗਿਆ ਪਹਿਲਨ ਝੋਟੀ ਹੈ ਸਾਰੀਆਂ ਪਹਿਲਨ ਝੋਟੀਆਂ ਨਾਲ ਇਹ ਜਾ ਕੱਦ ਨਹੀਂ ਲੱਗਾ ਹੁੰਦਾ ਮਾਸ਼ਾਅੱਲਾ ਜੀ ਸੋਹਣਾ ਚਿਹਰਾ ਲੰਬਾਈ ਚ ਹਾਈਟ ਚੈੱਕ ਕਰੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਮੁਕੰਮਲ ਤਸੱਲੀ ਕਰੋ ਜੀ ਝੋਟੀ ਨੰਬਰ 2 ਦਾਤ ਨਹੀਂ ਝੋਟੀ ਆਪਣੇ ਜਗ੍ਹਾ ਤੇ ਖੜੀ ਹੈ ਤੇ ਮੈਂ ਝੋਟੀ ਦੇ ਨਾਲ ਬਿਲਕੁਲ ਜੀ ਮਾਸ਼ਾਅੱਲਾ ਸਾਡੇ 5 ਫੁੱਟ 5 ਫੁੱਟ ਹਾਈਟ ਹੈ ਤੋਰੇ ਭਾਈ ਜਾਨ ਆ ਵੀ ਮੂੰਹ ਚ 6 ਦੰਦ ਇਹ ਮੂੰਹ ਚ 6 ਦੰਦ ਤੇ ਮਾਸ਼ਾਅੱਲਾ ਤੇ ਬੱਗੀ ਮੁੱਛ ਬਿਲਕੁਲ ਜੀ ਤੇ ਬਾਕੀ ਅੱਗੋ ਪੁੰਜਾ ਵਾਂਗ ਬਰੀਕ ਤੇ ਪਿੱਛੋਂ ਮਾਈਆਂ ਵਾਂਗ ਪੁੱਠਾ ਚੋੜਾ ਚੋੜਾ ਠੀਕ ਜਿੱਦਾਂ ਦੀ ਸੂਈ ਹੈ ਇਹ ਭਾਈ ਫਰਾਜ਼ ਸਾਹਿਬ ਅੱਜ 5ਵਾਂ ਦਿਹਾੜਾ ਸੂਈ ਨੂੰ 5ਵਾਂ ਦਿਨ ਨੇ ਪਹਿਲਾ ਸੂਆ ਸੂਈ ਹੈ ਮਾਸ਼ਾਅੱਲਾ ਲੋਈ ਦੋਸਤੋ ਮੁਕੰਮਲ ਨਜ਼ਾਰੇ ਕਰ ਲੋ ਜੀ ਥਣ ਜ਼ਰਾ ਚੈੱਕ ਕਰੋ ਝੋਟੀ ਨੰਬਰ 2 ਮੂੰਹ ਚ ਵੀ 6 ਦੰਦ 5ਵਾਂ ਦਿਨ ਨੇ ਪਹਿਲਾ ਸੂਆ ਸੂਈ ਹੈ ਮਾਸ਼ਾਅੱਲਾ ਸੋਹਣੀ ਚੀਜ਼ ਕਦ ਬਹੁਤ ਸੋਹਣਾ ਲੱਗਿਆ ਲੋਈ ਦੋਸਤੋ ਮੁਕੰਮਲ ਤਸੱਲੀ ਕਰਨੀ ਹੈ ਜੀ ਝੋਟੀ ਨੰਬਰ 2 ਆ ਚੈੱਕ ਕਰੋ ਮਾਸ਼ਾਅੱਲਾ ਜੀ ਮੁਕੰਮਲ ਸਿੰਗੇ ਤੇ ਬੱਗੀ ਮੋਛੇ ਤੇ ਬਾਕੀ ਸਾਰੀ ਭਰਾਵਾਂ ਦੇ ਸਾਹਮਣੇ ਬਿਲਕੁਲ ਜੀ ਬਹੁਤੀਆਂ ਤਾਰੀਫਾਂ ਕਰਨ ਦੀ ਲੋੜ ਕੋ ਨਹੀਂ ਔਰ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ ਜੀ ਕਿ ਪਸਮਾਈਆਂ ਝੋਟੀਆਂ ਹੋਣ ਨੇ ਕਿ ਭਰਾਵਾਂ ਨੂੰ ਤਸੱਲੀ ਹੋ ਸਕੇ ਕਿ ਝੋਟੀਆਂ ਦਾ ਥਾਨ ਮਾਸ਼ਾਅੱਲਾ ਕਿਵੇਂ ਦਾ ਲੱਗਾ ਕਿਵੇਂ ਦਾ ਲੱਗਾ ਜੀ ਪਸਮਾਈਆਂ ਨੇ ਬਾਕੀ ਡੱਕੇ ਤੇ ਕੋ ਨਹੀਂ ਢਿੱਲੀਆਂ ਝੋਟੀਆਂ ਭਰਾਵਾਂ ਦੇ ਸਾਹਮਣੇ ਨੇ ਸਾਹਮਣੇ ਨਜ਼ਰ ਲਬਾਸ ਨਰਮ ਨਜ਼ਰ ਆ ਰਿਹਾ ਜੀ ਥਣ ਜ਼ਰਾ ਇਸ ਵਜ੍ਹਾ ਤੋਂ ਪਸਮਾਈਏ ਕਿ ਥਣ ਵਾਜ਼ਿਆ ਤੌਰ ਤੇ ਨਜ਼ਰ ਆਈਆਂ ਦੋਸਤਾਂ ਨੂੰ ਕਲੀਅਰ ਹੋਈਏ ਤੇ ਪਿੱਛੇ ਜਾ ਕੀਏ ਤੇ ਭਾਈ ਇੱਕ ਚੈੱਕ ਕਰਵਾਓ ਸਾਹਮਣੇ ਕੱਟਾ ਅਦੇ ਮਗਰ ਕੱਟਾ ਲੋਏ ਦੋਸਤੋ ਮੁਕੰਮਲ ਤਸੱਲੀ ਕਰੋ ਜੀ ਝੋਟੀ ਨੰਬਰ 2 ਮਾਸ਼ਾਅੱਲਾ ਜੀ ਜ਼ਰਾ ਥਣ ਵੀ ਚੈੱਕ ਕਰ ਲੋ ਤੇ ਜਿਹੜੇ ਨੀਲੀ ਦੇ ਬਟਨ ਨੇ ਰਾਣਾ ਸਾਹਿਬ ਤੁਸੀਂ ਚੈੱਕ ਕਰਾਣੇ ਨੇ ਜ਼ਰਾ ਅਦਰ ਖੁੱਲੀ ਜਗ੍ਹਾ ਤੇ ਲਿਆਵੋ ਹਾਂ ਫਿਰ ਚੈੱਕ ਕਰਾਣੇ ਆ ਇੱਕ ਚੈੱਕ ਕਰ ਲੋ ਆਇਓ ਭਾਈ ਫਰਾਜ਼ ਸਾਹਿਬ ਮਾਸ਼ਾਅੱਲਾ ਝੋਟੀ ਅੱਲਾਹ ਦੇ ਹੁਕਮ ਨਾਲ ਨਾ ਸਾਰੀਆਂ ਝੋਟੀਆਂ ਜਿਹੜੀਆਂ ਨਹੀਂ ਹੁੰਦੀਆਂ ਇਹ ਚੈੱਕ ਕਰਾਇਓ ਹਾਂ ਜ਼ਰਾ ਨੀਲੀ ਦੇ ਬਟਨ ਇਹ ਚੈੱਕ ਕਰੋ ਮਾਸ਼ਾਅੱਲਾ ਏਡੇ ਏਡੇ ਲਿਬਾਸ ਨਵੇਂ ਜਿਹੇ ਝੋਟੀ ਨੂੰ ਬਟਨ ਲੱਗੇ ਨੇ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਠੀਕ ਹੋ ਗਿਆ ਠੀਕ ਭਾਈ ਲੈ ਕੇ ਆਓ ਜੀ ਕਿ ਪੁੱਠਾ ਖੁੱਡਾ ਸਾਰਿਆਂ ਭਰਾਵਾਂ ਦੇ ਸਾਹਮਣੇ ਠੀਕ ਭਾਈ ਰਹਿਮਾਨ ਲੈ ਕੇ ਆਓ ਉਧਰ ਝੋਟੀ ਨੰਬਰ 2 ਤੇ ਰਾਣਾ ਸਾਹਿਬ ਕਿੰਨਾ ਦੁੱਧ ਦੇ ਰਹੀ ਹੈ ਭਾਈ ਫਰਾਜ਼ ਸਾਹਿਬ ਇਹਦੇ ਕੋਲ 11 ਕਿਲੋ ਖੁੱਲਾ ਡੋਲਾ ਦੁੱਧ ਹੋਏਗਾ ਸਾਰਾ ਇਹ ਟੋਟਲ ਬੱਚੇ ਸਮੇਤ ਬੱਚੇ ਸਮੇਤ 11 ਕਿਲੋ ਦੋਵਾਂ ਟਾਈਮਾਂ ਦਾ 10 ਕਿਲੋ ਦੀ ਭਰਾਵਾਂ ਦੇ ਘਰ ਦੀ ਵੀ ਗਾਰੰਟੀ ਹੋਏਗੀ ਜ਼ਿੰਦਾਬਾਦ 10 ਕਿਲੋ ਦੀ ਗਾਰੰਟੀ ਦੋਵਾਂ ਟਾਈਮਾਂ ਦਾ ਜੀ ਬੱਚੇ ਸਮੇਤ ਹਲੇ ਪਹਿਲਾ ਸੂਆ ਸੂਈ ਹੈ ਮੂੰਹ ਚੂ ਜੀ 6 ਦੰਦ ਪਿੱਛੇ ਦੇ ਕਟਾ ਰਾਣਾ ਸਾਹਿਬ ਵੀ ਜ਼ਰਾ ਚੈੱਕ ਕਰਾਓ ਜੀ ਜਿਹੜਾ ਪਿੱਛੇ ਜਾ ਕਟਾ ਸਿਹਤਮੰਦ ਕਟਾ ਹੈ ਕਟਾ ਵੀ ਮਾਸ਼ਾਅੱਲਾ ਅੱਗੋ ਬੂਥੀ ਬਰੀਕ ਹੈ ਤੇ ਪਿੱਛੋਂ ਇਹ ਛੋਟਾ ਹੈ ਲੇਕਿਨ ਹੈ ਚੌੜਾ ਮਾਸ਼ਾਅੱਲਾ ਲੋਏ ਦੋਸਤੋ ਚੈੱਕ ਕਰ ਲਓ ਜੀ ਪਿੱਛੇ ਦੇ ਕਟਾ ਤੇ ਲਬਾਸ ਇੱਕ ਦਫਾ ਫੇਰ ਚੈੱਕ ਕਰ ਲਓ ਜੀ ਝੋਟੀ ਨੰਬਰ 2 ਸੀ ਪਹਿਲਾ ਸੂਆ ਸੂਈ ਹੈ 5ਵਾਂ ਦਿਨ ਦੇ ਮੂੰਹ ਚੋਂ 6 ਦੰਦ ਤੇ ਕਦ ਬਹੁਤ ਮਾਸ਼ਾਅੱਲਾ ਜੀ ਸੋਹਣਾ ਹੈ ਮੁਕੰਮਲ ਤਸੱਲੀ ਕਰੋ ਨੀਲੀ ਦੇ ਬਟਨ ਵੀ ਵਾਜ਼ਿਆ ਤੌਰ ਤੇ ਚੈੱਕ ਕਰੋ ਜੀ ਨਜ਼ਰ ਆ ਰਹੇ ਨੇ ਤੇ ਸੋਹਣਾ ਚਿਹਰਾ ਮਾਸ਼ਾਅੱਲਾ ਲੰਬਾਈ 'ਚ ਜੀ ਰਾਣਾ ਸਾਹਿਬ ਝੋਟੀ ਨੰਬਰ 2 ਦਾ ਰੇਟ ਭਾਈ ਫਰਾਜ਼ ਸਾਹਿਬ ਜਿਵੇਂ ਦੀ ਝੋਟੀ ਰੇਟ ਤੇ ਬੰਦਾ 3.5 ਤੇ 3.5 ਲੇਕਿਨ ਭਰਾਵਾਂ ਨਾਲ ਪਹਿਲੇ ਦਿਨ ਵਾਅਦਾ ਕੀਤਾ ਤਾਂ ਆਖਰੀ ਦਿਨ ਤੱਕ ਕੋਈ ਗੱਲ ਜਾਇਜ਼ ਤੇ ਮناسب ਕਰਾਂਗੇ ਜਿਸ ਭਰਾ ਨੂੰ ਪਸੰਦ ਹੈ 2,90,000 ਝੋਟੀ ਦੇ ਦਿਆਂਗੇ 2,90,000 2,90,000 ਠੀਕ ਹੈ ਝੋਟੀ ਸਾਡੀ 3.5 ਦੀ ਹੈ ਠੀਕ ਹੈ ਕਿਸੇ ਮੇਰੇ ਭਰਾ ਕੋਲੋਂ ਤੇ ਤੁਹਾਨੂੰ ਪਤਾ ਹੀ ਰੇਟ ਜੋ ਵੀ ਹੈ ਬਿਲਕੁਲ ਜੀ ਦੋਸਤੋ ਹੋਰ ਵੀ ਵੀਡੀਓਜ਼ ਦੇਖਦੇ ਨੇ ਰੋਜ਼ੀ ਰੱਖ ਕੇ ਮਾਲ ਵੇਚੀਦਾ ਅਲਹਮਦੁਲਿਲਾ ਮਾਲ ਵੀ ਵਿਕਦਾ ਪਿਆ ਔਰ ਭਰਾਵਾਂ ਦਾ ਇਤਮਾਦ ਵੀ ਹੈ ਤੇ ਭਰਾਵਾਂ ਦੀ ਮੁਹੱਬਤ ਵੀ ਹੈ ਸਾਡੇ ਬਿਲਕੁਲ ਜੀ ਮਾਸ਼ਾਅੱਲਾ ਸੋਹਣਾ ਕੰਮ ਕਰਦੇ ਹੋ ਦੋਸਤ ਕਾਫੀ ਇਤਮਾਦ ਕਰਦੇ ਨੇ ਪੇ ਹੋਰ ਵੇਖਣ ਵਾਲਿਆਂ ਵਾਸਤੇ ਕੋਈ ਪੈਗਾਮ ਕੋਈ ਮੈਸੇਜ ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ ਇੱਕ ਹੀ ਗੱਲ ਹੈ ਮੁਹੱਬਤ ਕਰਦੇ ਨੇ ਔਰ ਇੱਕੋ ਹੀ ਗੱਲ ਹੈ ਕੋਸ਼ਿਸ਼ ਕਰੀ ਦੀ ਕਿ ਭਰਾਵਾਂ ਦੇ ਨਾਲ ਨਾ ਹੱਕ ਤੇ ਸੱਚ ਤੇ ਰਹਿ ਕੰਮ ਕਰੀਏ ਜ਼ਿੰਦਾਬਾਦ ਤੇ ਬਾਕੀ ਦੁਆ ਅੱਲਾਹ ਤਾਲਾ ਇਜਾਜ਼ਤ ਅਗੇ ਕਿ ਸਾਨੂੰ ਹੱਥ ਕੇ ਸੱਚ ਤੇ ਰਹਿਣ ਦੀ ਕਾਇਮ ਦਾਇਮ ਰੱਖੇ ਆਮੀਨ ਜੀ ਆਮੀਨ ਤੇ ਰੱਬ ਦੀ ਜ਼ਾਤ ਅਹੀਂ ਹੱਕ ਸੱਚ ਤੇ ਕਾਇਮ ਰਹੀਏ ਆਮੀਨ ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ ਮੁਹੱਬਤ ਕਰਦੇ ਹੋ ਅੱਲਾਹ ਤਾਲਾ ਧਿਆਨ ਸਲਾਮਤ ਰੱਖੇ ਆਮੀਨ ਕੋਈ ਗਲਤੀ ਖਤਾਈ ਹੋਏ ਤਾਂ ਦੀ ਮਾਫੀ ਚਾਹਨੇ ਆ ਜ਼ਿੰਦਾਬਾਦ ਅੱਲਾਹ ਹਾਫਿਜ਼ ਬਹੁਤ ਸ਼ੁਕਰੀਆ ਰਾਣਾ ਸਾਹਿਬ ਮਾਸ਼ਾਅੱਲਾ ਜੀ ਸੋਹਣਾ ਕੰਮ ਕਰਦੇ ਹੋ ਪੇ ਲੋਏ ਦੋਸਤੋ ਇੱਕ ਦਫਾ ਫੇਰ ਥੋੜਾ ਚੈੱਕ ਕਰ ਲੋ ਜੀ 2 ਝੋਟੀਆਂ ਸਨ ਦਿਨ ਅੱਜ ਸੋਮਵਾਰ ਦਾ ਡੇਰਾ ਸੀ ਰਾਣਾ ਸਫਿਆਨ ਸਾਹਿਬ ਦਾ ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣੀ رائے ਦਾ ਇਜ਼ਹਾਰ ਕਰੋ ਇਜਾਜ਼ਤ ਚਾਹਨੇ ਆ ਚੈੱਕ ਕਰਾ ਜਿਹੜਾ ਝੋਟੀ ਸਾਡੇ ਬੱਚਾ ਲਾਇਆ ਮਾਸ਼ਾਅੱਲਾ ਚੈੱਕ ਕਰ ਲੋ ਇਹ ਚੈੱਕ ਕਰੋ ਜੀ ਬਿਹਤਰੀਨ ਝੋਟੀਆਂ ਅੱਲਾ ਦੇ ਹੁਕਮ ਨਾਲ ਸਾਡਾ ਬੱਚਾ ਸਾਡੀ ਝੋਟੀਆਂ ਬੱਚਾ ਪੂਰੇ ਪਿਆਰ ਸਕੂਨ ਨਾਲ ਖਲੋਤੀ ਆ ਚੈੱਕ ਕਰੋ ਜੀ ਮਾਸ਼ਾਅੱਲਾ ਬਿਲਕੁਲ ਇਹ ਝੋਟੀਆਂ ਪਹਿਲਾਂ ਦੀ ਗੱਲ ਹੁੰਦੀ ਹੈ ਕਿ ਬੱਚਾ ਚੰਗਾ ਲੈਣ ਤੇ ਬਾਕੀ ਅਗਲੀ ਗੱਲ ਫਿਰ ਦੁੱਧ ਪੁੱਤਰ ਨਸੀਬਾਂ ਦਾ ਨਸੀਬਾਂ ਦੇ ਜੋ ਪਾਣਾ ਹੈ ਜੋ ਨਸੀਬ 'ਚ ਹੋਈ ਮਿਲਣਾ 14-15 ਕਿਲੋ ਸਾਡੀ ਦੱਸਣੀ ਅੱਧ ਕੋ ਨਹੀਂ ਕਿਲੋ ਘੱਟ ਦੱਸੀਦਾ ਤੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੇਕਿਨ ਵੱਧ ਦੱਸੀਏ ਤਾਂ ਉਹਦੇ ਨਾਲ ਫਰਕ ਪੈਂਦਾ ਪੈਂਦਾ ਜੀ ਸਰ ਪੈਂਦਾ ਬਿਸਤੀ ਹੁੰਦੀ ਹੈ ਜੀ ਮਾਸ਼ਾਅੱਲਾ ਕੰਮ ਉਹ ਕਰਨਾ ਜਿਹਦੇ 'ਚ ਇੱਜ਼ਤ ਹੋਏ ਜੀ ਬਿਲਕੁਲ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼